सिखां दे लई केंद्र सरकार वल्लों वड्डा फैसला कीता गया। सरकार ने सिखां दी कृपा ते लगी पाबंदी हटा दित्ती है। केंद्र सरकार ने सिखां नूं वड्डी राहत दिंदे होए घरेलू उडाना विच लगी कृपा ते पाबंदी हटाई है। ते हुण सिख अपनी यात्रा दे दौरान 9 इंच तक दी कृपान पा सकणगे। हालांकि इस दा ब्लेड 6 इंच तो वड्डा नहीं होना चाहिदा। ते उधर बीजेपी दे लीडर मनजिंदर सिंह सिरसा ने सिखां नूं इह वड्डी राहत देण तों बाद केंद्र सरकार दा धन्नवाद कीता। एक जो उडान मंत्रालय वल्लों ऑर्डर पास किया गया जिस कहा गया सी क्या सिख जिहड़े ने ਉਹ ਪੈਸੰਜਰ ਤੇ ਸ੍ਰੀ ਸਾਹਿਬ ਜਹਾਜ਼ ਚ ਲਗਾ ਸਕ ਲਿਜਾ ਸਕਦੇ ਨੇ ਪਰ ਜਿਹੜੇ ਡੋਮੈਸਟਿਕ ਟਰਮੀਨਲਸ ਨੇ ਉਹਨਾਂ ਦੇ ਉੱਤੇ ਇੰਪਲੋਈਜ਼ ਜੋ ਹੈ ਉਹ ਕਿਰਪਾਨ ਸ੍ਰੀ ਸਾਹਿਬ ਨਹੀਂ ਰੱਖ ਸਕਦੇ ਉਸ ਨੂੰ ਲੈ ਕੇ ਬਹੁਤ ਵਿਰੋਧ ਉੱਠਿਆ ਸੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜੋ ਪ੍ਰਧਾਨ ਮੰਤਰੀ ਕਾਰਿਆਲ ਚ ਜਦੋਂ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਅੱਜ ਉਹਨਾਂ ਨੇ ਮੈਨੂੰ ਇਹ ਆਰਡਰ ਨੂੰ ਅਮੈਂਡ ਕਰਕੇ ਭੇਜਿਆ ਹੈ ਇਸ ਆਰਡਰ ਦੇ ਮੁਤਾਬਕ ਹੁਣ ਕੋਈ ਵੀ ਇੰਪਲੋਈ ਦੇ ਉੱਤੇ ਜੋ ਡੋਮੈਸਟਿਕ ਏਅਰਪੋਰਟ ਤੇ ਕੰਮ ਕਰਦਾ ਹੈ ਉਸ ਨੂੰ ਕਿਸੇ ਵੀ ਤਰੀਕੇ ਆਪਣੇ ਕਕਾਰ ਰੱਖਣ ਉੱਤੇ ਮਨਾਈ ਨਹੀਂ ਹੋਊਗੀ ਇਸ ਦਾ ਜੋ ਸਪਸ਼ਟੀਕਰਨ ਔਰ ਇਸਦਾ ਜੋ ਅਮੈਂਡਡ ਆਰਡਰ ਆ ਉਹ ਅੱਜ ਸਰਕਾਰ ਵੱਲੋਂ ਪਾਰਿਤ ਕੀਤਾ ਗਿਆ। ਮੈਂ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਜੋ ਇਹ ਵਿਸ਼ਾ ਬਹੁਤ ਗੰਭੀਰ ਸੀ ਜੋ ਸਰਕਾਰ ਦੇ ਸੰਗਿਆਨ 'ਚ ਲਿਆਂਦਾ ਗਿਆ ਔਰ ਹੁਣ ਜੋ ਇੰਪਲੋਈਜ਼ ਨੇ ਉਹਨਾਂ ਦੀ ਇਹ ਦਿੱਕਤ ਤੋਂ ਛੁਟਕਾਰਾ ਪਾਇਆ ਜਾਏਗਾ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾਂ ABP ਸਾਂਝਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ ਜੋਸ਼ ਜਜ਼ਬਾ ਜਨੂਨ।